ਕਲੋਜ਼ਰ ਕੀ ਹੁੰਦਾ? ਐਟਰੀਬਿਊਟ ਕਲੋਜ਼ਰ ਦਾ ਮਤਲਬ ਇਹ ਹੈਗਾ ਕਿ ਅਗਰ ਤੁਹਾਡੇ ਕੋਲ ਕੋਈ ਐਟਰੀਬਿਊਟ ਐਕਸ ਹੈਗਾ ਤੇ ਉਸ ਐਕਸ ਐਟਰੀਬਿਊਟ ਦੇ ਨਾਲ ਤੁਸੀਂ ਹੋਰ ਕਿਹੜੇ ਕਿਹੜੇ ਐਟਰੀਬਿਊਟ ਡਰਾਈਵ ਕਰ ਸਕਦੇ ਆ ਜਾਂ ਡਿਟਰਮਿਨ ਕਰ ਸਕਦੇ ਆ, ਉਹ ਸਾਰਾ ਜਿਹੜਾ ਸੈੱਟ ਹੋਇਆ ਐਟਰੀਬਿਊਟਸ ਦਾ ਉਹਨੂੰ ਆਪਾਂ ਐਟਰੀਬਿਊਟ ਕਲੋਜ਼ਰ ਕਵਾਂਗੇ। ਜਾਂ ਇਨ ਅਦਰ ਵਰਡਸ ਤੁਸੀਂ ਇਹ ਕਹਿ ਸਕਦੇ ਆ ਕਿ ਉਹ ਸਾਰੇ ਐਟਰੀਬਿਊਟਸ ਜਿਹੜੇ ਫੰਕਸ਼ਨਲੀ ਡਿਪੈਂਡੈਂਟ ਆ ਗਿਵਨ ਐਟਰੀਬਿਊਟਸ ਦੇ ਉੱਤੇ, ਦੈਟ ਇਜ਼ ਦਾ ਸੈੱਟ ਆਫ ਐਟਰੀਬਿਊਟ ਕਲੋਜ਼ਰ। ਅਤੇ ਇਸ ਗੱਲ ਨੂੰ ਫਰਦਰ ਅੰਡਰਸਟੈਂਡ ਕਰਨ ਵਾਸਤੇ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ। ਲੈਟਸ ਸੇ ਕਿ ਤੁਹਾਡੇ ਕੋਲ ਇੱਕ ਟੇਬਲ ਹੈ, ਉਹਦਾ ਨਾਮ ਅਸੀਂ ਕਹਿੰਦੇ ਆਰ, ਆਰ ਇਜ਼ ਅ ਰਿਲੇਸ਼ਨ, ਅਤੇ ਉਹਦੇ ਵਿੱਚ ਲੈਟਸ ਸੇ 5 ਐਟਰੀਬਿਊਟਸ ਜਾਂ ਕੋਲਮਸ ਹੈਗੇ ਆ, ਡਬਲਯੂ ਐਕਸ ਵਾਈ ਜ਼ੀ ਏ, ਅਤੇ ਇਹ ਹੈਗਾ ਉਹਦਾ ਫੰਕਸ਼ਨਲ ਡਿਪੈਂਡੈਂਸੀ ਸੈੱਟ। ਅਤੇ ਹੁਣ ਆਪਾਂ ਐਟਰੀਬਿਊਟ ਕਲੋਜ਼ਰ ਫਾਈਂਡ ਕਰਦੇ ਹਾਂ ਡਿਫਰੈਂਟ ਐਟਰੀਬਿਊਟਸ ਦਾ। ਜਿੱਦਾਂ ਕਹਿ ਲਓ ਕਿ ਅਗਰ ਤੁਸੀਂ ਐਟਰੀਬਿਊਟ ਕਲੋਜ਼ਰ ਫਾਈਂਡ ਕਰਨਾ ਹੈਗਾ ਡਬਲਯੂ ਦਾ, ਤਾਂ ਉਹ ਕੀ ਹੋਏਗਾ? ਸਭ ਤੋਂ ਪਹਿਲਾਂ ਤੁਸੀਂ ਲਿਖੋਗੇ ਡਬਲਯੂ, ਬਿਕੋਜ਼ ਐਵਰੀ ਐਟਰੀਬਿਊਟ ਕੈਨ ਡਿਟਰਮਿਨ ਇਟਸੈਲਫ। ਉਹ ਜਿਹੜੀ ਕਹਿ ਲਓ ਕਿ ਟ੍ਰਿਵਲ ਡਿਪੈਂਡੈਂਸੀ ਹੁੰਦੀ ਹੈ ਕਿ ਹਰ ਕੋਲਮ ਆਪਣੇ ਆਪ ਨੂੰ ਡਿਟਰਮਿਨ ਕਰ ਸਕਦਾ, ਆਪਾਂ ਡਬਲਯੂ ਇਨਕਲੂਡ ਕਰ ਲਿਆ। ਉਸ ਤੋਂ ਬਾਅਦ ਤੁਸੀਂ ਕੰਸਲਟ ਕਰਦੇ ਹਾਂ ਇਸ ਸੈੱਟ ਦੇ ਨਾਲ, ਤਾਂ ਤੁਸੀਂ ਦੇਖਦੇ ਹੋ ਕਿ ਡਬਲਯੂ ਕੈਨ ਡਿਟਰਮਿਨ ਐਕਸ, ਅਤੇ ਆਪਾਂ ਐਕਸ ਇਨਕਲੂਡ ਕੀਤਾ, ਅਤੇ ਵੀ ਕੈਨ ਡਰਾਈਵ ਵਾਈ ਫਰੋਮ ਐਕਸ, ਐਕਸ ਤੋਂ ਵਾਈ ਡਿਟਰਮਿਨ ਕਰ ਸਕਦੇ ਹਾਂ, ਤਾਂ ਆਪਾਂ ਵਾਈ ਵੀ ਇਨਕਲੂਡ ਕਰ ਲਿਆ, ਅਤੇ ਵਾਈ ਤੋਂ ਆਪਾਂ ਜੇ ਡਿਟਰਮਿਨ ਕਰ ਸਕਦੇ ਹਾਂ ਅਤੇ ਆਪਾਂ ਜੇ ਵੀ ਇਨਕਲੂਡ ਕਰ ਲਿਆ, ਅਤੇ ਇਹ ਹੋ ਗਿਆ ਐਟਰੀਬਿਊਟ ਕਲੋਜ਼ਰ ਆਫ ਦਾ ਐਟਰੀਬਿਊਟ ਡਬਲਯੂ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਐਕਸ ਦਾ, ਐਕਸ ਦਾ ਤਾਂ ਐਕਸ ਇਟਸੈਲਫ ਹੈਗਾ, ਉਹ ਆਪਾਂ ਐਡ ਕਰ ਲਿਆ। ਉਸ ਤੋਂ ਬਾਅਦ ਦੇਖਦੇ ਹਾਂ ਆਪਾਂ ਸੈੱਟ, ਐਕਸ ਤੋਂ ਯੂ ਕੈਨ ਡਿਟਰਮਿਨ ਵਾਈ, ਆਪਾਂ ਵਾਈ ਇਨਕਲੂਡ ਕਰ ਲਿਆ, ਅਤੇ ਵਾਈ ਤੋਂ ਯੂ ਕੈਨ ਡਿਟਰਮਿਨ ਜ਼ੀਡ, ਆਪਾਂ ਜ਼ੀਡ ਵੀ ਇਨਕਲੂਡ ਕਰ ਲਿਆ। ਲਓ ਜੀ, ਦਿਸ ਇਜ਼ ਦਾ ਐਟਰੀਬਿਊਟ ਕਲੋਜ਼ਰ ਆਫ ਐਕਸ। ਨੈਕਸਟ ਆਪਾਂ ਦੇਖਦੇ ਹਾਂ ਐਟਰੀਬਿਊਟ ਕਲੋਜ਼ਰ ਆਫ ਵਾਈ, ਅਤੇ ਵਾਈ ਕੈਨ ਡਿਟਰਮਿਨ ਇਟਸੈਲਫ, ਵਾਈ ਇਨਕਲੂਡ ਕਰ ਲਿਆ, ਅਤੇ ਵਾਈ ਤੋਂ ਯੂ ਕੈਨ ਡਿਟਰਮਿਨ ਜ਼ੀ, ਅਤੇ ਆਪਾਂ ਜ਼ੀ ਵੀ ਇਨਕਲੂਡ ਕਰ ਲਿਆ। ਉਸ ਤੋਂ ਬਾਅਦ ਫਾਈਨਲੀ ਆਪਾਂ ਦੇਖਦੇ ਹਾਂ ਐਟਰੀਬਿਊਟ ਕਲੋਜ਼ਰ ਆਫ ਜ਼ੀ, ਅਤੇ ਜ਼ੀ ਕੈਨ ਡਿਟਰਮਿਨ ਇਟਸੈਲਫ, ਜ਼ੀ ਇਨਕਲੂਡ ਕੀਤਾ, ਅਤੇ ਉਸ ਤੋਂ ਬਾਅਦ ਆਪਾਂ ਦੇਖਿਆ ਇਸ ਸੈੱਟ ਨੂੰ, ਅਤੇ ਯੂ ਕੈਨ ਨੋਟ ਡਰਾਈਵ ਐਨੀ ਅਦਰ ਐਟਰੀਬਿਊਟ ਫਰੋਮ ਜ਼ੀ, ਅਤੇ ਆਪਾਂ ਇੱਥੋਂ ਕੋਈ ਹੋਰ ਆਪਾਂ ਇਨਕਲੂਡ ਨਹੀਂ ਕੀਤਾ। ਅਤੇ ਫਾਈਨਲੀ ਦੇਖਦੇ ਹਾਂ ਆਪਾਂ ਕਿ ਡਬਲਯੂ ਏ ਦਾ ਐਟਰੀਬਿਊਟ ਕਲੋਜ਼ਰ ਕੀ ਹੋਊਗਾ। ਤੁਸੀਂ ਦੇਖੋ ਅਗਰ ਕਿ ਡਬਲਯੂ ਏ ਨੂੰ ਇਟਸੈਲਫ ਡਬਲਯੂ ਏ ਇਨਕਲੂਡ ਡਿਟਰਮਨ ਕਰ ਸਕਦਾ, ਆਪਾਂ ਉਹ ਐਡ ਕਰ ਲਿਆ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਡਬਲਯੂ ਕੈਨ ਡਿਟਰਮਨ ਐਕਸ, ਐਕਸ ਕੀਤਾ, ਡਬਲਯੂ ਕੈਨ ਡਿਟਰਮਨ ਐਕਸ ਕੈਨ ਡਿਟਰਮਨ ਵਾਈ, ਵਾਈ ਕੀਤਾ, ਅਤੇ ਵਾਈ ਕੈਨ ਡਿਟਰਮਨ ਜ਼ੀ, ਜ਼ੀ ਕੀਤਾ, ਅਤੇ ਇਹ ਜਿਹੜਾ ਹੋ ਗਿਆ ਐਟਰੀਬਿਊਟ ਕਲੋਜ਼ਰ ਆਫ ਡਬਲਯੂ ਏ। ਅਤੇ ਇਹਦੇ ਵਿੱਚ ਸਾਰੇ ਹੀ ਉਹ ਕੋਲਮ ਆ ਜਾਂਦੇ ਆ ਉਸ ਟੇਬਲ 'ਤੇ।